ਹਾਂਜੀ ਸਰ, ਮੈਂ ਇਸ ਬਖਤਾਵਰ ਸਿੰਘ ਹਾਈਵੇ ਬੀਟ ਮਕੇਰੀਆਂ। ਇਹ ਰਾਤ ਕੋਈ 11:30 ਲਗਭਗ ਸਾਨੂੰ ਫੋਨ ਆਇਆ ਵੀ ਇੱਕ ਐਕਸੀਡੈਂਟ ਟੂਰਿਸਟ ਬੱਸ ਜਿਹੜਾ ਐਕਸੀਡੈਂਟ ਹੋ ਗਈ ਆ, ਅਤੇ ਅਸੀਂ ਉੱਥੇ ਸਾਡੇ ਸਾਥੀ ਕਰਮਚਾਰੀ ਪਹੁੰਚੇ ਅਤੇ ਅਸੀਂ ਜਾ ਕੇ ਸਵਾਰੀਆਂ ਨੂੰ ਦੇਖਿਆ, ਕੱਢਿਆ ਵਿੱਚੋਂ ਬੱਸ ਦਿਓ, ਅਤੇ ਆਮ ਪਬਲਿਕ ਨੇ, ਲੋਕਾਂ ਨੇ ਬਹੁਤ ਸਹਾਇਤਾ ਕੀਤੀ। ਲੋਕਾਂ ਨੇ ਸਹਾਇਤਾ ਦੇ ਨਾਲ ਅਸੀਂ ਉਹਨਾਂ ਨੂੰ ਜ਼ਖਮੀਆਂ ਨੂੰ ਕੱਢ ਕੇ, ਲਗਭਗ 6-7 ਬੰਦੇ ਜ਼ਖਮੀ ਹੋਏ ਸੀਗੇ, ਉਹਨਾਂ ਨੂੰ ਅਸੀਂ ਬੱਸ 'ਚੋਂ ਕੱਢ ਕੇ ਅਤੇ ਸਰਕਾਰੀ ਹੋਸਪਿਟਲ ਖੜਿਆ, ਅਤੇ ਬੰਦੇ ਸਾਰੇ ਠੀਕ ਠਾਕ ਸੀਗੇ, ਅਤੇ ਰਾਤ ਹੀ ਉਹਨਾਂ ਨੂੰ ਡਾਕਟਰਾਂ ਨੇ ਮੁੜ ਫਸਟ ਏਡ ਦੇ ਕੇ ਸਾਰੇ ਠੀਕ ਠਾਕ ਸੀ, ਉਹਨਾਂ ਨੂੰ ਛੁੱਟੀ ਦਿੱਤੀ ਜੀ। ਜੇ ਕਿਤੇ ਅਸੀਂ ਗੱਲ ਕਿਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਿਲਕੁਲ ਬਚਾਇਆ। ਇਹ ਬੱਸ ਜਿਹੜੀ ਆ ਜੰਮੂ ਤੋਂ ਦਿੱਲੀ ਜਾ ਰਹੀ ਸੀ ਜੀ, ਸੋਰੀ ਕਟੜੇ ਤੋਂ ਜੰਮੂ, ਕਟੜੇ ਤੋਂ ਦਿੱਲੀ ਜਾ ਰਹੀ ਸੀ ਜੀ। ਹਾਂਜੀ, ਅਤੇ ਇਹ ਗੰਨੇ ਦੀ ਟਰਾਲੀ ਕੋਈ ਆਈ ਸੀ, ਉਹਦੇ ਨਾਲ ਇਹਨੂੰ ਮਾੜੀ ਮੋਟੀ ਕੋਈ ਸਾਈਡ ਲੱਗ ਗਈ, ਅਤੇ ਉਹ ਆਪਣਾ ਸੰਤੁਲਨ ਗੁਆ ਬੈਠੀ ਬੱਸ, ਅਤੇ ਬੱਸ ਪਲਟ ਗਈ। ਹਾਂਜੀ, ਜੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਗੰਨੇ ਵਾਲੇ ਟਰੈਲੀਆਂ ਜਿਹੜੀਆਂ ਲੰਘਦੀਆਂ, ਕੋਈ ਰਿਫਲੈਕਟਰ ਲਾਉਣ, ਸਾਰੇ ਜ਼ਿਮੀਦਾਰ ਭਰਾਵਾਂ ਨੂੰ ਅਸੀਂ ਕਹਿੰਦੇ ਹਾਂ ਵੀ ਠੀਕ ਆ, ਤੁਸੀਂ ਗੰਨਾ ਖਾਣਾ, ਥੋੜ੍ਹਾ ਜਿਹਾ ਤਰੀਕੇ ਦੇ ਨਾਲ ਆਪਣੀ ਸਾਈਡ 'ਤੇ ਖੜੋ, ਅਤੇ ਕਦੀ ਖੱਬੇ ਕਦੇ ਸੱਜੇ ਨਾ ਕਰੋ, ਆਪਣੀ ਸਾਈਡ 'ਤੇ ਗੰਨਾ ਜਿਹੜਾ ਇੱਕ ਸਾਈਡ 'ਤੇ ਟਰਾਲੀ ਖੜੋ ਨਾਲ, ਜਾਂ ਫੁੱਟਪਾਥ ਦੇ ਨਾਲ ਚਲੋ, ਜਾਂ ਦੂਸਰੀ ਸਾਈਡ ਚਲੋ, ਅਤੇ ਕਿਉਂ ਜਿਹੜਾ ਆਮ ਲੋਕਾਂ ਨੂੰ ਦਿੱਕਤ ਨਾ ਆਵੇ ਜਾਣ ਦੀ। ਹਾਂਜੀ, ਕਿਉਂ ਗੰਨੇ ਦਾ ਸੀਜ਼ਨ ਆ, ਧੁੰਦ ਬਹੁਤ ਪਈ ਹੁੰਦੀ ਆ,
ਅਤੇ ਹਰ ਇੱਕ ਨੇ ਆਪਣੀ ਜਗ੍ਹਾ 'ਤੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੁੰਦਾ। ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਚਲੋ ਬਿਲਕੁਲ ਮਤਲਬ ਬਚਾਅ ਨਾ, ਜਿਹੜਾ ਬਚਾਅ ਹੋਣਾ ਚਾਹੀਦਾ, ਕਿਸੇ ਦਾ ਨੁਕਸਾਨ ਨਾ ਹੋਵੇ। ਇੱਕ ਟਰੈਲੀ ਦੇ ਪਿੱਛੇ ਉਹ ਵੀ ਕੀ ਕਹਿੰਦੇ ਜਿਹੜੀ ਲੈਟ ਦੀ ਜਿਹੜੇ ਉਹ ਲੱਗੇ ਹੋਣੇ ਚਾਹੀਦੇ ਆ, ਜਿਹੜੇ ਰਿਫਲੈਕਟਰ ਜਿਹੜੇ ਆਪਣੀਆਂ ਟਰਾਲੀਆਂ ਦੇ ਮਗਰ ਆਪਣੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਕਿਸਾਨਾਂ ਨੂੰ, ਜ਼ਰੂਰ ਚਾਹੀਦਾ ਕਿ ਆਪਾਂ ਰਾਤ ਦਿਨ ਚੱਲਣਾ ਅਤੇ ਟਰਾਲੀਆਂ ਦੇ ਮਗਰ ਰਿਫਲੈਕਟਰ ਜ਼ਰੂਰ ਲਗਾਓ। ਹਾਂਜੀ, ਓਕੇ, ਧੰਨਵਾਦ।